ਮਤਲਬ ਪੰਜਾਬ ਚ ਪੈਰ ਕੀ ਧਰਨਾ ਨਹੀਂ ਉਹਨੂੰ ਪੈਰ ਕੰਗਣਾ ਨਾਲ ਜਿਹੜੀ ਆਦੀ ਹੈ ਨਾ ਉਂਗਲ ਕਰਕੇ ਦਿਖਾ ਵੀ ਉਂਗਲ ਨਾਲ ਫੜਦੀ ਅਸੀਂ ਮੋਦੀ ਦੀ ਬੁੱਢੀ ਹੈ ਜਿਹੜੀ ਭ੍ਰਿਸ਼ਟ ਹੋਈ ਹੋਈ ਹੈ ਦੋ ਬੰਦਿਆਂ ਮਗਰ ਲਾ ਕੇ ਹਿੰਦੁਸਤਾਨ ਦਾ ਪੱਠਾ ਵਾਹ ਰਿਹਾ ਜਿਹੜੀ ਉਹ ਲੜੀ ਸੀ ਉਹਨੂੰ ਪਤਾ ਹੀ ਨਹੀਂ ਸੀ ਲੋਕਾਂ ਦੇ ਦਰਦ ਦਾ ਐ ਮਤਲਬ ਕੁਛ ਮਤਲਬ ਜਿਹੜੇ ਹੁੰਦੇ ਆ ਉਹਨਾਂ ਦੇ ਬਣਾਏ ਹੋਏ ਉਹਨਾਂ ਨੂੰ ਕੋਈ ਟਿਕਟਾਂ ਦਾ ਲਾਲਚ ਜਾਂ ਕੋਈ ਮਿਨਿਸਟਰੀਆਂ ਦਾ ਲਾਲਚ ਹੁੰਦਾ ਉਹ ਗਲਤ ਬਿਆਨ ਕਰੀ ਜਾਂਦੇ ਨੇ ਹਨਾ ਇੱਦਾਂ ਦੇ ਪ੍ਰਧਾਨ ਮੰਤਰੀ ਦਾ ਵੀ ਮੈਂ ਸੋਸ਼ਲ ਮੀਡੀਆ 'ਤੇ ਵੇਖਿਆ ਉਹ ਕਹਿੰਦੇ ਵੀ ਜੇ ਮੋਦੀ ਇਹ ਕਾਨੂੰਨ ਵਾਪਸ ਨਹੀਂ ਲਵੇਗਾ ਤਾਂ ਸਾਡੇ ਦੇਸ਼ ਵਿੱਚ ਆਉਣ ਦੀ ਅਸੀਂ ਇਜਾਜ਼ਤ ਨਹੀਂ ਦੇਣੀ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਅੱਜ ਸਾਰੇ ਕਿਸਾਨ ਮਜ਼ਦੂਰ ਅਤੇ ਹੋਰ ਪਿੰਡ ਦੇ ਮੋਹਤਵਰ ਮਤਲਬ ਵਿਅਕਤੀਆਂ ਨੇ ਇਕੱਠੇ ਹੋ ਕੇ ਕਾਲੇ ਕਾਨੂੰਨ ਦੇ ਖਿਲਾਫ ਜਿਹੜਾ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਪੁਤਲਾ ਫੂਕਿਆ ਗਿਆ ਤਾਂ ਕਿ ਮਤਲਬ ਉਸ ਬੁਰੀ ਸਰਕਾਰ ਦੇ ਕੰਨਾਂ 'ਚ ਇਸ ਪਿੰਡ ਦੀ ਗੂੰਜ ਪੈ ਸਕੇ ਕਿ ਜਿਹੜੇ ਕਾਨੂੰਨ ਹੈ ਕਿਸਾਨਾਂ ਵਾਸਤੇ ਬਹੁਤ ਮਾੜੇ ਹੈ ਅਤੇ ਵਾਪਸ ਲੈ ਜਾਣ। ਕਿੰਨੀ ਕੁ ਇਸ ਪਿੰਡ ਦੇ ਵਿੱਚੋਂ ਕਿੰਨੇ ਕੁ ਕਿਸਾਨ ਗਏ ਹੋਏ? ਪਿੰਡ ਦੇ ਵਿੱਚੋਂ ਲਗਭਗ 40-45 ਕਿਸਾਨ ਗਏ ਹੋਏ ਹੈ। ਕੁਛ ਸਾਡੇ ਕਿਸਾਨ ਰਸਤੇ ਦੇ ਵਿੱਚ ਜਾ ਰਹੇ ਆ ਲੱਕੜ ਲੈ ਕੇ ਰਾਸ਼ਨ ਲੈ ਕੇ ਅਤੇ ਕੱਲ੍ਹ ਨੂੰ ਵੀ ਜਾ ਰਹੇ ਨੇ ਪੁਛਾ ਰਹੇ ਨੇ ਬਸ ਅਸੀਂ ਬਾਰੀ ਬੰਨੀ ਹੋਈ ਹੈ ਸਾਰੇ ਪਿੰਡ ਦੇ ਲੋਕਾਂ ਨੇ ਵੀ ਜਿਹਨਾਂ ਨੂੰ ਕੰਮ ਧੰਦਾ ਉਹ ਆ ਜਾਂਦੇ ਨੇ ਨਵੇਂ ਉੱਥੇ ਚਲੇ ਜਾਂਦੇ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਉੱਥੋਂ ਆਉਂਦਾ ਨਹੀਂ ਹੈਗਾ ਕੋਈ। ਜਿਹੜਾ ਜੀ ਲਗਾਤਾਰ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਇਹਦੇ ਲਈ ਪਿੰਡ ਵਿੱਚੋਂ ਕੋਈ ਮਾਲੀ ਸਹਾਇਤਾ ਤੁਸੀਂ ਕਿਸ ਤਰ੍ਹਾਂ ਕੀਤੀ? ਪਿੰਡ 'ਚੋਂ ਬਹੁਤ ਪੈਸਾ ਇਕੱਠਾ ਹੋ ਰਿਹਾ ਹੈਗਾ ਰਾਸ਼ਨ ਪੈਸਾ ਵੀ ਆ ਰਿਹਾ ਹੈਗਾ ਬੜੀ ਮਦਦ ਹੋ ਰਹੀ ਹੈ ਮਤਲਬ ਸਾਰੇ ਜਿੰਨੇ ਵੀ ਮਤਲਬ ਲੋਕ ਨੇ ਇਸ ਕਾਨੂੰਨ ਤੋਂ ਦੁਖੀ ਹੈ ਉਹ ਸਾਰੇ ਦੇ ਰਹੇ ਆ। ਹੁਣ ਅਸੀਂ ਇੱਥੇ ਫੈਸਲਾ ਕੀਤਾ ਬਹਿ ਕੇ 35-40 ਬੰਦੇ ਸੀਗੇ ਸਾਰੀਆਂ ਯੂਨੀਅਨਾਂ ਦੇ ਵੀ 50 ਰੁਪਏ ਕਿੱਲਾ ਅਸੀਂ ਸਾਡੇ ਪਿੰਡ 'ਚੋਂ ਰਾਪਰ 'ਚੋਂ ਪਾਇਆ ਹੈਗਾ ਅਤੇ ਕੱਲ੍ਹ ਤੋਂ ਅਸੀਂ ਰਾਹੀ ਸ਼ੁਰੂ ਕਰਾਂਗੇ ਕਿਉਂਕਿ ਉੱਥੇ ਸਾਡੇ ਟਰੈਕਟਰ ਵਾਰ ਵਾਰ ਜਾ ਰਹੇ ਆ ਡੀਜ਼ਲ ਦੀ ਲੋੜ ਪੈਂਦੀ ਹੈ ਰਾਸ਼ਨ ਦੀ ਲੋੜ ਪੈਂਦੀ ਹੈ ਤਾਂ ਉੱਥੇ ਉਹਦੇ ਵਾਸਤੇ ਮਤਲਬ ਜਿੰਨਾ ਚਿਰ ਲੜਾਈ ਚੱਲੂਗੀ ਅਤੇ ਕੋਈ ਤੋੜ ਨਹੀਂ ਆਉਣ ਦਿੱਤੀ ਜਾਊਗੀ। ਪਿੰਡ ਵਾਲੇ ਲੋਕਾਂ ਦਾ ਇਹ ਵਾਅਦਾ ਹੈ ਵੀ ਅਸੀਂ ਕੋਈ ਤੋੜ ਨਹੀਂ ਆਉਣ ਦੇਵਾਂਗੇ ਅਤੇ ਲੜਾਈ ਲਗਾਤਾਰ ਜਾਰੀ ਰੱਖੋ। ਕਿੰਨੀ ਲੰਮੀ ਹੋਈ ਲੜਾਈ? ਕਿੰਨੀ ਲੰਮੀ ਹੋਈ ਜਾਵੇ ਹਾਂ ਉਹਦਾ ਕੋਈ ਡਰ ਨਹੀਂ। ਜਿਵੇਂ ਅੱਜ ਭਾਰਤ ਪੂਰਾ ਭਾਰਤ ਬੰਦ ਹੈ ਇਸ ਮੌਕੇ 'ਤੇ ਤੁਹਾਡੇ ਵੱਲੋਂ ਕੀ ਮਤਲਬ ਆਪਣੇ ਇਸ ਇਲਾਕੇ 'ਚ ਕੀ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ? ਇਸ 'ਤੇ ਪੁਤਲੇ ਫੂਕੇ ਜਾਣਗੇ ਔਰ ਪਿੰਡ ਦੀਆਂ ਸਾਰੀਆਂ ਮਤਲਬ ਜਿਹੜੀਆਂ ਸਰਕਾਰੀ ਸੰਸਥਾਵਾਂ ਤਕਰੀਬਨ ਉਹ ਬੰਦ ਨੇ ਅਤੇ ਸਾਰਾ ਰੋਸ ਹੈ ਲੋਕਾਂ ਦਾ ਕਾਲੇ ਝੰਡੇ ਵੀ ਲਾਏ ਹੋਏ ਆ ਲੋਕਾਂ ਨੇ ਆਪਣੇ ਮੋਬਾਈਲ 'ਤੇ ਵੀ ਰੋਸ ਪ੍ਰਗਟ ਕੀਤਾ ਹੋਇਆ ਹੈਗਾ ਤਾਂ ਮਤਲਬ ਦੁਖੀ ਹੋ ਕੇ ਸਾਰੇ ਲੋਕਾਂ ਨੇ ਸਾਰੀ ਇੰਡੀਆ ਨੇ ਮਤਲਬ ਬੰਦ ਕਰਿਆ ਪੂਰਾ ਬੰਦ ਦਾ ਸਮਰਥਨ ਹੈ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਬਹੁਤ ਜਿਹੜਾ ਸਮਰਥਨ ਦੇ ਰਹੇ ਲੋਕ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੀ ਪੰਜਾਬੀਆਂ ਲੋਕਾਂ ਨਾਲ ਔਰ ਪੰਜਾਬ ਦੇ ਅੰਨਦਾਤਾ ਨਾਲ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਸਭ ਤੋਂ ਵੱਧ ਅੰਨ ਪੈਦਾ ਕਰਕੇ ਬਾਹਰ ਭੇਜਦਾ ਤਾਂ ਉਹਨਾਂ ਦਾ ਸਾਡੇ ਨਾਲ ਜਿਹੜਾ ਮਤਲਬ ਕਿਸਾਨੀ ਹਿੱਤਾਂ ਨਾਲ ਉਹਨਾਂ ਦੀ ਮੋਹ ਹੈ ਇਸ ਕਰਕੇ ਉਹ ਮਤ ਕਰਦੇ ਆ ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਦਬਾਇਆ ਜਾਂਦਾ ਘੱਟ ਗਿਣਤੀ ਨੂੰ ਦਬਾਇਆ ਜਾਂਦਾ ਹੈਗਾ ਤਾਂ ਫਿਰ ਉਹ ਜਿਹੜੇ ਵਿਦੇਸ਼ਾਂ 'ਚ ਬੈਠੇ ਜਿਵੇਂ UNO ਦੇ ਵਿੱਚ ਵੀ ਪਹਿਲੀ ਵਾਰ ਹੋਇਆ ਇਹ ਨਹੀਂ ਹੋਇਆ ਨਹੀਂ ਕਦੇ ਤਾਂ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੀ ਮੈਂ ਸੋਸ਼ਲ ਮੀਡੀਆ 'ਤੇ ਵੇਖਿਆ ਉਹ ਕਹਿੰਦੇ ਵੀ ਜੇ ਮੋਦੀ ਇਹ ਕਾਨੂੰਨ ਵਾਪਸ ਨਹੀਂ ਲਵੇਗਾ ਤਾਂ ਸਾਡੇ ਦੇਸ਼ ਵਿੱਚ ਆਉਣ ਦੀ ਅਸੀਂ ਉਹਨੂੰ ਇਜਾਜ਼ਤ ਨਹੀਂ ਦੇਵਾਂਗੇ ਤਾਂ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਸਾਡੇ ਬੱਚੇ ਜਿਹੜੇ ਬਾਹਰ ਪੜ੍ਹਦੇ ਉਹ ਪ੍ਰੋਟੈਸਟ ਕਰ ਰਹੇ ਲਗਾਤਾਰ ਐਡੀਲੈਂਡ 'ਚ ਹੋ ਰਿਹਾ ਕੈਨੇਡਾ 'ਚ ਹੋ ਰਿਹਾ ਟਰਾਂਟੋ 'ਚ ਹੋ ਰਿਹਾ ਕਾਫੀ ਜਗ੍ਹਾ 'ਤੇ ਇਹ ਚੱਲ ਰਿਹਾ। ਇੱਕ ਜਿਵੇਂ ਆਪਾਂ ਦੇਖਦੇ ਹਾਂ ਫਿਲਮੀ ਅਦਾਕਾਰਾ ਕੰਗਣਾ ਰਣਾਵਤ ਦਾ ਮਸਲਾ ਕਾਫੀ ਚੱਲੀ ਜਾਂਦਾ ਮਤਲਬ ਕਿਸਾਨਾਂ ਦੀ ਘਿੱਟਾ ਲਾਉਣ ਲਈ ਇੱਕ ਸਾਜ਼ਿਸ਼ ਆ ਜਾਂ ਤੁਸੀਂ ਕਿਵੇਂ ਦੇਖਦੇ ਹੋ ਕੀ ਗੱਲਬਾਤ? ਉਹ ਤਾਂ ਬਸ ਇੱਕ ਆਇਆ ਵੀ ਜਿਹੜੀ ਉਹ ਲੜੀ ਸੀ ਉਹਨੂੰ ਪਤਾ ਹੀ ਨਹੀਂ ਸੀ ਲੋਕਾਂ ਦੇ ਦਰਦ ਦਾ ਉਹਦੇ ਦੀ ਕੱਟਪੂਤ ਲਈ ਹੈ ਮਤਲਬ ਕੁਛ ਮਤਲਬ ਜਿਹੜੇ ਹੁੰਦੇ ਆ ਉਹਨਾਂ ਦੇ ਬਣਾਏ ਹੋਏ ਉਹਨਾਂ ਨੂੰ ਕੋਈ ਟਿਕਟਾਂ ਦਾ ਲਾਲਚ ਜਾਂ ਕੋਈ ਮਿਨਿਸਟਰੀਆਂ ਦਾ ਲਾਲਚ ਹੁੰਦਾ ਉਹ ਗਲਤ ਬਿਆਨ ਕਰੀ ਜਾਂਦੇ ਨੇ ਹਨਾ ਆਪਣੇ ਮਤਲਬ ਬਜ਼ੁਰਗ ਵਰਗੀਆਂ ਮਾਵਾਂ ਨੂੰ ਉਹਨਾਂ ਨੇ ਇਹ ਸ਼ਬਦ ਬੋਲੇ ਬਹੁਤ ਗਲਤ ਗੱਲ ਹੈ ਉਹਨਾਂ ਵਾਸਤੇ। ਹੋਰ ਵੀ ਜਿਵੇਂ ਕਿ ਆਪਾਂ ਦੇਖਦੇ ਹਾਂ ਕੇਂਦਰ ਸਰਕਾਰ ਵੱਲੋਂ ਬੜੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਕਿਸਾਨਾਂ ਨੂੰ ਕਦੇ ਖਾਲਿਸਤਾਨ ਦੇ ਨਾਲ ਜੋੜਿਆ ਜਾਂਦਾ ਹੈ ਜਾਂ ਕਿਤੇ ਕਈ ਨੈਸ਼ਨਲ ਮੀਡੀਆ ਦੇ ਉੱਤੇ ਜ਼ਿਆਦਾਤਰ ਇਹਨਾਂ ਨੂੰ ਗੁੰਡਾਗਰਦੀ ਦੇ ਤੌਰ 'ਤੇ ਕਿਸਾਨਾਂ ਨੂੰ ਸਾਬਤ ਕੀਤਾ ਜਾ ਰਿਹਾ ਉਹਨਾਂ ਨੂੰ ਤੁਸੀਂ ਕੀ? ਖਾਲਿਸਤਾਨ ਦਾ ਤਾਂ ਉਹ ਦਿੱਲੀ ਦੇ ਲੋਕਾਂ ਨੇ ਮਤਲਬ ਉਹ ਕਰੀ ਦਿੱਤਾ ਵੀ ਮਤਲਬ ਇਹ ਜਦੋਂ ਅਸੀਂ ਬੰਦੇ ਦੇਖਦੇ ਹਾਂ ਜਿਵੇਂ ਹੁਣ ਕੱਲ੍ਹ ਇੱਕ ਲੜਕੀ ਦਾ ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਉਹ ਕਹਿੰਦੀ ਵੀ ਜਦੋਂ ਦੇਖਿਆ ਵੀ ਲੋ ਇਹ ਤਾਂ ਖਾਲਿਸਤਾਨੀ ਬੈਠਾ ਤੂੰ ਬਾਹਰ ਕਿਵੇਂ ਜਾਏਗੀ? ਜਦੋਂ ਕਹਿੰਦੀ ਮੈਂ ਬਾਹਰ ਆਈ ਆਟੋ ਲੈ ਕੇ ਆਪਣਾ ਐਕਟਿਵਾ ਲੈ ਕੇ ਉਹ ਕਹਿੰਦੀ ਵੀ ਸਾਰੇ ਮੁੰਡੇ ਪਰਾਂ ਹੋ ਗਏ ਮੈਨੂੰ ਰਾਹ ਟਪਾਤਾ ਬਾਕੀ ਰਾਜਸਥਾਨ ਦੇ ਲੋਕ ਲਾਈਵ ਹੋ ਰਹੇ ਨੇ। ਖਾਲਿਸਤਾਨੀ ਤਾਂ ਜੇ ਕੋਈ ਮਤਲਬ ਹੱਕ ਮੰਗਦਾ ਉਹਨੂੰ ਖਾਲਿਸਤਾਨੀ ਕਹਿੰਦੇ ਆ ਠੀਕ ਹੈ ਹੱਕ ਮੰਗਣਾ ਤਾਂ ਖਾਲਿਸਤਾਨੀ ਨਹੀਂ ਹੋ ਸਕਦਾ। ਬੜੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਤਾਂ ਬਹੁਤ ਜ਼ਿਆਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਤਾਂ ਹੋਰ ਵੀ ਆਸੇ ਪਾਸੇ ਬੜਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਹੁਣ ਤੁਸੀਂ ਲੱਗਦਾ ਹੁਣ ਆਪਾਂ ਜੰਗ ਜਿੱਤ ਆਪਣੀ ਕਰੀਬ ਆ ਜੰਗ ਦੇ ਜੰਗ ਤਾਂ ਆਪਣੀ ਬਿਲਕੁਲ ਯਕੀਨੀ ਹੈ ਬਟ ਉਹ ਬਸ ਕਾਇਆ ਹੋਇਆ ਪਿਆ ਜਿਵੇਂ ਆਪਾਂ ਕਹਿੰਦੇ ਨਾ ਵੀ ਮੈਂ ਹੁਣ ਮਤਲਬ ਕਹਿ ਬੈਠਾ ਮੈਨੂੰ ਵਾਪਸ ਲੈਣਾ ਔਖਾ ਹੋਇਆ ਪਿਆ ਮੈਨੂੰ ਤਾਂ ਲੱਗਦਾ ਵੀ ਆਹ 9 ਤਰੀਕ ਨੂੰ 100% ਫੈਸਲਾ ਹੋ ਜਾਣਾ ਹੈਗਾ ਅਤੇ ਨਹੀਂ ਹੋਊਗਾ ਤਾਂ ਫਿਰ ਬੈਠੇ ਇੱਥੇ ਕਿਸਾਨ। ਇਹ ਮੋਦੀ ਕੋਈ ਕਿਸੇ ਕੋਈ ਫਸਿਆ ਤਾਂ ਨਹੀਂ ਹੋਇਆ ਕੋਈ ਕਿਸੇ ਜੀ ਡੀਲ ਤਾਂ ਨਹੀਂ ਕਰੀ ਬੈਠਾ ਉਹਨਾਂ ਨਾਲ ਜਿਹੜਾ ਕਿ ਉਹਨੂੰ ਵਾਪਸ ਲੈਣੇ? ਬਿਲਕੁਲ ਬਿਲਕੁਲ ਮੋਦੀ ਪੜ੍ਹਿਆ ਲਿਖਿਆ ਬੰਦਾ ਮੋਦੀ ਨੂੰ ਇਸ ਗੱਲ ਦਾ ਪਤਾ ਸੀ ਵੀ ਕਿਸਾਨ
ठीक है वो बोल रहेगा क्योंकि वो मगर एक साजिश है, आप कुछ नहीं कहना जी मगर अडानी वानी बैठे हो कहने भी इस तरह के कानून पास कर दबा पा के करा रहे हो कानून लागू किए हुए ने जिहड़े ये अपना प्रदर्शन हो रहा पंजाब दे विच सारे हुण तां सूबे च होण लग गया इहनू अंबानी अडानी वर्गे भी देखदे होणगे तां तुहानूं की लगदा हुण हिम्मत करनगे इत्थे आउंदे हिम्मत पंजाब च पैर की धरन ने उहनूं पैर कंगना रनौत जिहड़ी आ दी है ना उंगल करके दिखा भी उंगल ना फड़दी सी इक कंगना रनौत दे नवीं साथण आ गई पायल ਉਹ ਵੀ ਅਦਾਕਾਰ ਹੈ ਉਹ ਵੀ ਜਿਹੜੇ ਕਿਸਾਨੀ ਦੇ ਕਿਸਾਨਾਂ ਦੇ ਖਿਲਾਫ ਬੋਲ ਰਹੇ ਜਿਹੜਾ ਕਿਸਾਨਾਂ ਦੇ ਖਿਲਾਫ ਬੋਲੂ ਇਹ ਤੋਂ ਵੱਡਾ ਕੋਈ ਗੁਨਾਹੀ ਨਹੀਂ ਹੋਊਗਾ ਸਰ ਤੁਸੀਂ ਕੀ ਦੇਖਦੇ ਹੋ ਉਹ ਮੋਦੀ ਜਿਹੜੇ ਸਰਕਾਰ ਦੇ ਇਸ਼ਾਰਿਆਂ ਦੇ ਉਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਕਿਵੇਂ ਉਹਨਾਂ ਦੀ ਆਪਣੀ ਬੁੱਧੀ ਭ੍ਰਿਸ਼ਟ ਹੈ ਮੋਦੀ ਦੀ ਬੁੱਧੀ ਹੈ ਜਿਹੜੀ ਭ੍ਰਿਸ਼ਟ ਹੋਈ ਹੋਈ ਹੈ ਦੋ ਬੰਦਿਆਂ ਮਗਰ ਲਾ ਕੇ ਹਿੰਦੁਸਤਾਨ ਦਾ ਭੱਠਾ ਵਾਹ ਰਿਹਾ ਹੈ ਅਸੀਂ ਮਤਲਬ ਇਹ ਨਹੀਂ ਸੋਚਿਆ ਵੀ ਲਖੂਵਾਲਾ ਜਾਂ ਸਿੱਧੂਪੁਰਾ ਜਾਂ ਕੋਈ ਅਸੀਂ ਪਿੰਡ ਦੇ ਇਕੱਠੇ ਹੋ ਕੇ ਮਤਲਬ ਰੁਕ ਤੁਰੇ ਹੋਏ ਹਾਂ ਪਹਿਲਾਂ ਆਪਣੇ 24 ਬੰਦੇ ਗਏ ਸੀ ਉਸ ਤੋਂ ਬਾਅਦ 12 ਫੇਰ ਵਗ ਗਏ ਅੱਜ ਵਗ ਗਏ 24 ਬੰਦੇ ਫੇਰ ਅੱਜ ਵਗ ਗਏ ਇੱਕ ਜਿਵੇਂ ਪਿੰਡਾਂ ਦੇ ਵਿੱਚ ਕਮੇਟੀ ਬਣਾਈ ਜਾ ਰਹੀ ਹੈ ਜਿਹੜੇ ਲੋਕ ਵੀ ਕਿਸਾਨ ਉੱਥੇ ਜਾਂਦੇ ਆ ਜਿਹੜੇ ਬਾਕੀ ਲੋਕ ਨਹੀਂ ਜਾ ਸਕਦੇ ਕਈ ਘਰੇਲੂ ਮਜਬੂਰੀਆਂ ਨੇ ਉਹ ਕੋਈ ਇਸ ਪਿੰਡ ਦੇ ਵਿੱਚ ਕਮੇਟੀ ਬਣਾਈ ਗਈ ਹੈ ਜਿਹਦੇ ਇਹਨਾਂ ਜਾਣ ਵਾਲੇ ਲੋਕਾਂ ਦੀ ਕੋਈ ਮਦਦ ਕਰਨ ਵਾਸਤੇ ਅਸੀਂ ਰੇਡੀਓ ਸਪੀਕਰ 'ਚ ਬੋਲਿਆ ਹੋਇਆ ਵੀ ਜੇ ਕਿਸੇ ਨੂੰ ਮਦਦ ਵਾਹਣ ਵਾਹੁਣ ਦੀ ਲੋੜ ਹੈ ਜਾਂ ਹੋਰ ਕਿਸੇ ਮਾਲੀ ਮਦਦ ਵੀ ਲੋੜ ਹੈ ਕਿਸੇ ਨੂੰ ਉਹ ਵੀ ਅਸੀਂ ਕਰਨ ਨੂੰ ਤਿਆਰ ਹਾਂ ਪਿੰਡ ਦੀ ਕਮੇਟੀ ਸਾਹਿਬ ਤੁਸੀਂ ਵੀ ਮਦਦ ਦਿੱਲੀ ਜਾ ਰਹੇ ਅਸੀਂ ਆਪਣਾ ਪਹਿਲਾਂ ਮੇਰਾ ਕਾਕਾ ਗਿਆ ਹੋਇਆ ਮੈਂ ਵੀ ਦਿੱਲੀ ਜਾਣਾ ਹੀ ਜਾਣਾ ਔਰ ਭਾਈ ਵੀ ਗਿਆ ਹੋਇਆ ਠੀਕ ਹੈ ਧੰਨਵਾਦ ਧੰਨਵਾਦ